ਅੱਬੇ ਨੂੰ ਖਰਚਾ ਦਿੰਦੇ ਹੋ? ਇੱਕ ਨੂੰ ਪੁੱਛਿਆ ਨਾ ਸ਼ਬਦਾਨ, ਇੱਕ ਪਿੰਡ ਗਿਆ, ਪਿੰਡ ਦਾ ਨਾਂ ਨਹੀਂ ਲੈਣਾ ਬਾਬਾ ਜੀ, ਬਸ ਗੱਲ ਸੁਣਾਣੀ ਹੈ ਤੇ ਗੱਲ ਤਾਂ ਸੁਣਾਣੀ ਵੀ ਅਮਲ ਹੋ ਜਾਏ। ਮੈਂ ਕਿਹਾ ਅੱਬੇ ਨੂੰ ਖਰਚਾ ਉਚਾ ਦਿੰਦੇ ਹੋ? ਤੇ ਮੈਨੂੰ ਹੱਸ ਕੇ ਪਤਾ ਕੀ ਹੱਥ ਲੱਗਾ ਜੀ, ਕਹਿੰਦਾ ਅੱਬੇ ਨੂੰ ਸਾਡੇ ਖਰਚੇ ਦੀ ਕਿਹੜੀ ਲੋੜ, ਆਓ ਮੈਂ ਤੁਹਾਡੇ ਪਿੰਡ ਆ ਸੁਹਾਨਾ। ਜਿਹੜੇ ਚੋਰੀ ਚੋਰੀ ਪੁੱਤਰ ਪੁੱਤਰ ਖਮੋਸ਼, ਜਿਹੜੇ ਚੋਰੀ ਚੋਰੀ ਬੁੱਢੀ ਨੂੰ ਪੈਸੇ ਦਿੰਦੇ ਨੇ, ਕਿਤੇ ਅੰਮਾ ਅੱਬੇ ਨੂੰ ਪਤਾ ਨਾ ਲੱਗ ਜਾਏ। ਐ ਤਾਂ ਤਵੱਜੋ ਕਰਿਓ, ਸਲਾਹ ਹੋ ਜਾਏ। ਬਾਬਾ ਜੀ ਗੱਲ ਕੀਮਤੀ, ਜੇ ਟਾਈਮ ਥੋੜ੍ਹਾ ਹੈ ਗੱਲ ਕੀਮਤੀ ਦੇ ਚੱਲਾਂ। ਅਗਰ ਬਾਪ ਨੇ 50,000 ਵੀ ਕਮਾਇਆ ਨਾ, ਔਲਾਦ ਕੋਲ ਛੁਪਾਉਂਦਾ ਤਾਂ ਨਹੀਂ? ਪਿਓ ਬੈਠੇ ਹੋ, ਮੈਂ ਤੁਹਾਡੀ ਗੱਲ ਤਾਂ ਕਰਨਾ। ਇਹ ਸਿਰਫ ਚੰਦ 100 ਬੰਦੇ ਨਹੀਂ, ਪੂਰੀ ਦੁਨੀਆ ਨੇ ਵੇਖਣਾ। ਮਤਲਬ ਕਿਸੇ ਦੇ ਦਿਲ ਵਿੱਚ ਗੱਲ ਅਸਰ ਕਰ ਗਿਆ। ਜਦੋਂ ਬਾਬਾ ਜੀ ਬਾਪ 50,000 ਰੁਪਏ ਕਮਾਉਂਦਾ ਨਾ, ਤੇ ਪੁੱਤਰਾਂ ਨੂੰ ਆਉਂਦਾ ਵੀ ਇਹ ਤੁਹਾਡੇ ਪਿਓ ਦੀ ਕਮਾਈ, ਜੇ ਫੋਨ ਲਾਣੀ ਜੇ ਤੂੰ ਲਾ ਲਵੋ, ਬਾਅਦ ਵਿੱਚ ਲਾਣੀ ਜੇ ਤੇ ਬਾਅਦ ਵਿੱਚ ਲਾ ਲਵੋ। ਦੂਸਰੀ ਮੈਨੂੰ ਗੱਲ ਦਾ ਜਵਾਬ ਦਿਓ, ਭਰਿਆ ਪੰਚਾਇਤ ਦੇ ਬੰਦੇ ਪਾਕਿਸਤਾਨ ਬੰਦੇ ਬੈਠੇ ਹੋ, ਤੁਹਾਡੇ ਕੋਲ ਫੈਸਲਾ ਕਰਵਾਉਣਾ। ਬਾਬਾ ਜੀ ਪੁੱਤਰਾਂ ਦੀ ਸ਼ਾਦੀ ਤੇ ਖਰਚਾ ਕੌਣ ਕਰਦਾ? ਬਾਪ ਹੀ ਕਰਦਾ, ਪਿਓ ਕਰਦਾ। ਖਰਚਾ 5,00,000 ਆਇਆ ਪਿਓ ਨੇ ਕੀਤਾ, ਤੇ ਪਿਓ ਨੇ ਪੁੱਤਰਾਂ ਨੂੰ ਟੈਨਸ਼ਨ ਨਹੀਂ ਲਾਉਣ ਦਿੱਤੀ। ਜਿੰਨਾ ਮਰਜ਼ੀ ਵੀ ਵਲੀਮੇ ਤੇ ਖਰਚਾ ਹੋਇਆ ਪਿਓ ਨੇ ਕੀਤਾ, ਬਰਾਤ ਤੇ ਖਰਚਾ ਹੋਇਆ, ਗੱਡੀਆਂ ਕਰਵਾਈਆਂ, ਸਾਰਾ ਕੁਝ ਕੀਤਾ, ਬਾਪ ਨੇ ਕੀਤਾ। ਆਹ ਗੱਲ ਸੁਣਿਓ, ਅੱਜ ਲੋਕੀ ਮਾਵਾਂ ਦੇ ਪੈਰ ਚੁੱਕਦੇ ਨੇ ਅੱਬੇ ਨੂੰ ਡੇਰੇ ਤੋਂ ਘਰ ਹੀ ਨਹੀਂ ਆਉਣ ਦਿੰਦੇ, ਵੀ ਅੱਬਾ ਤੂੰ ਕੀ ਚੀਜ਼ ਹੈ? ਮੈਂ ਦੱਸਣ ਲੱਗਾ ਅੱਬਾ ਕੀ ਚੀਜ਼ ਹੈ, ਮਾਸ਼ਾਅੱਲਾ। ਸੁਣੀ ਪਿਓ ਕੀ ਚੀਜ਼ ਹੈ? ਮੈਂ ਤੁਹਾਡੀ ਸ਼ਾਨ ਪੜ ਲਗਾ ਪਿੰਡ ਵਾਲੇ, ਜਿੰਨੇ ਬਾਬੇ ਬੈਠੇ ਹੋ, ਬਜ਼ੁਰਗ ਬੈਠੇ ਹੋ, ਕਿ ਪਿਓ ਕੀ ਚੀਜ਼ ਹੈ? ਸ਼ਾਦੀ ਤੇ ਜਿੰਨਾ ਖਰਚਾ ਹੋਇਆ ਮਾਂ ਨੇ ਕੀਤਾ ਕਿ ਅੱਬੇ ਨੇ ਕੀਤਾ? ਅੱਬੇ ਨੇ ਕੀਤਾ, ਠੀਕ ਹੈ। ਪੁੱਤਰ ਜਦੋਂ ਪੈਦਾ ਹੋਇਆ, ਮਠਿਆਈ ਕਿਹਨੇ ਵੰਡੀ? ਚਾਚੀਆਂ ਮਾਮਿਆਂ ਵੰਡੀ ਕਿ ਪਿਓ ਨੇ ਵੰਡੀ? ਬਾਪ ਨੇ ਵੰਡੀ ਨਾ। ਜਦੋਂ ਪੁੱਤਰ ਸਕੂਲ ਗਿਆ ਪਹਿਲੇ ਦਿਨ, ਕਿਤਾਬਾਂ ਕਿਹਨੇ ਲਿਆ ਕੇ ਦਿੱਤੀਆਂ? ਇੱਧਰ ਮੈਂ ਤੁਹਾਨੂੰ ਨਿਚੋੜ ਕੱਢਣਾ ਬਾਬਾ ਜੀ, ਐਵੇਂ ਨਹੀਂ ਜਾਣਾ, ਨਿਚੋੜ ਕੱਢ ਜਾਣਾ ਜੀ। ਕਿਤਾਬਾਂ ਲੈ ਕੇ ਆਇਆ ਬਾਪ, ਵਰਦੀ ਕੌਣ ਲੈ ਕੇ ਆਇਆ? ਬਾਪ। ਐਡਮਿਸ਼ਨ ਫੀਸ ਕਿਹਨੇ ਦਿੱਤੀ? ਬਾਪ ਨੂੰ। ਇਹ ਕਿਬਲਾ ਗੱਲ ਸੁਣਿਓ, ਸਾਰੇ ਕੰਮ ਬਾਪ ਕਰਦਾ, ਤੇ ਜਦੋਂ ਬਾਪ ਦੀ ਖਿਦਮਤ ਦਾ ਵੇਲਾ ਹੁੰਦਾ ਤੇ ਫਿਰ ਪੁੱਤਰਾਂ ਨੇ ਅਸੀਂ ਕੀ ਕਰੀਏ? ਵੱਡਾ ਹੁੰਦਾ ਮੈਂ ਤੇ ਨਹੀਂ ਸਾਰੀ ਜ਼ਿੰਦਗੀ ਕਰਨਾ, ਛੋਟੇ ਆਉਂਦੇ ਨੇ ਅਸੀਂ ਕੀ ਕਰੀਏ? ਇੱਧਰ ਬਾਬਿਓ, ਜੇ ਤੁਹਾਡੇ ਦਿਲ 'ਚ ਸੀਨੇ 'ਚ ਗੱਲ ਨਾ ਵੱਜੀ ਤੇ ਤਾਂ ਗੱਲ ਕਰੀ। ਸਾਰੀ ਜ਼ਿੰਦਗੀ ਕਰਦਾ ਰਿਹਾ ਪਿਓ, ਇਹਨੇ 2,00,000 ਵੀ ਬੈਂਕ 'ਚ ਰੱਖਿਆ, ਤੇ ਇਹਨੇ ਪੁੱਤਰਾਂ ਦੇ ਸਾਹਮਣੇ ਇਹ ਰੱਖੀ ਜੇ ਵੀ ਕਾਪੀ ਬੈਂਕ ਦੀ, ਇਹ ਚੈੱਕ ਬੁੱਕ ਜੇ ਪੁੱਤਰੋ, 2,00,000 ਰੁਪਇਆ ਤੁਹਾਡੇ ਅੱਬੇ ਦਾ ਮੌਜੂਦ ਜੇ। ਜ਼ਮੀਨ ਜਿੰਨੀ ਪੁੱਤਰਾਂ ਨੂੰ ਪਤਾ ਕਿ ਨਹੀਂ ਪਤਾ? ਅੱਬੇ ਦੇ ਡੇਰੇ ਦਾ ਪੁੱਤਰਾਂ ਨੂੰ ਪਤਾ ਕਿ ਨਹੀਂ ਪਤਾ? ਮਰਲੇ ਮਰਲੇ ਦਾ ਪਤਾ ਨਾ। ਬਾਬਾ ਜੀ ਵਕਤ ਗੁਜ਼ਰਦਾ ਗਿਆ, ਇਹਨੇ ਪੁੱਤਰਾਂ ਨੂੰ ਜਵਾਨ ਕਰ ਲਿਆ। ਇਹ ਸੁਣਿਓ ਜੀ, ਪੁੱਤਰ ਜਵਾਨ ਹੋ ਗਏ, ਵੱਡੇ ਦੀ ਸ਼ਾਦੀ ਹੋ ਗਈ, 7-8 ਲੱਖ ਰੁਪਇਆ ਲਾਇਆ ਬਾਪ ਨੂੰ, ਤਾਂ ਜ਼ਿਆਦਾ ਲੱਗਦਾ ਹੈ, ਮੈਂ ਕਮ ਸੇ ਕਮ ਦੱਸਣਾ ਪਿਆ, 7-8 ਲੱਖ ਰੁਪਇਆ ਲਾਇਆ ਪਿਓ ਨੇ, ਸ਼ਾਦੀ ਹੋ ਗਈ। 4 ਮਹੀਨੇ ਗੁਜ਼ਰੇ, ਜਿਹੜੀ ਆਈ ਸੀ ਨਾ ਬੇਗਮ ਘਰ, ਉਹਨੇ ਆਖਿਆ ਵੀ ਸਿਆਣਿਆ ਗੱਲ ਸੁਣ, ਹੁਣ ਮੈਂ ਵੀ ਤੇਰੇ ਘਰ ਆ ਗਈ, ਤਾਂ ਤੂੰ ਸਾਡੇ ਬੱਚੇ ਵੀ ਹੋਣੇ ਨੇ, ਤੇ ਹੁਣ ਜਦ ਹੱਥ ਪੁੱਛ ਕੇ ਰੱਖ। ਇਹ ਤਾਂ ਸਮਝੋ ਗੱਲ ਬਾਬਾ ਜੀ, ਗੱਲ ਸਮਝੋ, ਕਰੋੜਾਂ ਦੀ ਗੱਲ, ਅੱਲਾ ਦੀ ਕਸਮ, ਜੇ ਅਸਰ ਨਾ ਹੋਵੇ ਮੈਂ ਜ਼ੁਰਮਦਾਰ ਹਾਂ। ਗੱਲ ਤੋਂ ਜਦੋਂ ਸੁਣ, ਹੁਣ ਹੱਥ ਘੁੱਟ, ਉਹਨੇ ਕਿਹਾ ਵਜ੍ਹਾ? ਉਹਨੇ ਕਿਹਾ ਤੇਰੇ ਦੂਸਰੇ ਭਰਾ ਵੀ ਤੇ ਆਏ ਨਾ, ਵੀ ਅੱਬੇ ਅੰਮਾ ਅੱਬੇ ਨੂੰ ਖਰਚਾ ਦੇ ਦੇ, ਵੀ ਤੂੰ ਹੀ ਦੇ ਦਿਆ ਰਹਿਣਾ, ਅੱਗੇ ਤੂੰ ਵੱਡਾ ਮੈਂ ਤੇ ਤੂੰ ਮਕਾਨ ਹੀ ਬਣਾਉਣੇ, ਤੇਰੀਆਂ ਧੀਆਂ ਹੋਣੀਆਂ ਨੇ, ਉਹਨਾਂ ਦਾ ਜੇਲ ਸਾਰਾ ਕੁਛ ਨਹੀਂ ਕਰਨਾ, ਤੂੰ ਹੀ ਕਰਨਾ। ਉਹ ਜਿਹੜੇ ਲਾਈ ਲੱਗ ਹੁੰਦੇ ਨੇ ਨਾ, ਲਾਈ ਲੱਗ, ਗੁੱਸਾ ਤਾਂ ਨਹੀਂ ਕਰ ਰਹੇ ਮੇਰੀ ਗੱਲ? ਮੈਂ ਬਾਬਾ ਜੀ ਮੈਂਬਰ ਤੇ ਬੈਠਾ, ਮੈਂ ਮਾਂ ਪਿਓ ਨੂੰ ਸੁਖੀ ਕਰਨਾ ਚਾਹੁੰਦਾ। ਬੁੱਢੀਆਂ ਮੈਨੂੰ ਅਕਸਰ ਫੋਨ ਕਰਕੇ ਆਉਂਦੀਆਂ ਨੇ ਵੀ ਤੂੰ ਸਾਡੇ ਖਿਲਾਫ਼ ਹੈ, ਮੈਂ ਕਿਹਾ ਤੁਹਾਡੇ ਖਿਲਾਫ਼ ਨਹੀਂ, ਜਿਹੜੀਆਂ ਭੈੜੀਆਂ ਨੇ ਮੈਂ ਉਹਨਾਂ ਦੇ ਖਿਲਾਫ਼, ਜਿਹੜੀਆਂ ਚੰਗੀਆਂ ਨੇ ਅਸੀਂ ਉਹਨਾਂ ਦੀ ਜੁੱਤੀਆਂ ਵੀ ਚੁੱਕਣ ਵਾਸਤੇ ਤਿਆਰ ਹਾਂ। ਬਾਬਾ ਮੇਰੀ ਗੱਲ ਸੁਣ, ਜਿਹਨੇ 30-40 ਸਾਲ ਪੁੱਤਰ ਨੂੰ ਕੋਲ ਰੱਖਿਆ, ਤੂੰ ਅੱਜ 5-6 ਮਹੀਨਿਆਂ ਬਾਅਦ ਆ ਕੇ ਉਹਨੂੰ ਲੈ ਕੇ ਡੇਰੇ 'ਤੇ ਨੱਸ ਗਈ, ਉਹਨੂੰ ਲੈ ਕੇ ਸ਼ਹਿਰ ਟੁੱਟ ਗਈ, ਵੀ ਸਾਡਾ ਗੁਜ਼ਾਰਾ ਨਹੀਂ, ਇਹਨਾਂ ਨੂੰ ਕਿਤੇ ਸਾਰੇ ਛੱਡ ਦੀ ਗਏ। ਗੱਲ ਸੱਚੀ ਹੈ ਕਿ ਨਹੀਂ? ਅੱਛਾ, ਸ਼ਾਦੀ ਹੋ ਗਈ, ਉਹਨੇ ਕਿਹਾ ਵੀ ਹੁਣ ਖਰਚਾ ਘੱਟ ਕਰਿਆ ਕਰ। ਹੁਣ ਪੁੱਤਰ ਨੇ ਕੀ ਕੀਤਾ? ਪੁੱਤਰ ਨੇ ਬੈਂਕ ਵਿੱਚ ਆਪਣੀ ਬੁੱਢੀ ਦੇ ਨਾਂ ਦਾ ਅਕਾਊਂਟ ਖੁਲਵਾ ਲਿਆ, ਬਈ ਅੱਬੇ ਨੂੰ ਪਤਾ ਨਾ ਲੱਗੇ ਵੀ ਮੈਂ ਕੀ ਪਿਆ ਭੇਜਣਾ ਤੇ ਅਸੀਂ ਕੀ ਪੇ ਕਰਨੇ ਆ, ਅੰਮਾ ਨੂੰ ਪਤਾ ਨਾ ਲੱਗੇ। ਤੇ ਜੇ ਅੰਮਾ ਕਦੀ ਆਈ ਨਾ, ਕਰੋੜਾਂ ਦੀਆਂ ਗੱਲਾਂ ਨੀ ਮੈਂਬਰ ਤੋਂ ਤੁਸੀਂ ਨਹੀਂ ਸੁਣੀਆਂ ਹੋਣੀਆਂ ਅੱਜ ਤੱਕ, ਤੇ ਮੈਂ ਹਕੀਕਤ ਬਿਆਨ ਕਰਾਂਗਾ ਬਾਬਾ, ਤੁਸੀਂ ਅੱਗੋਂ ਬੁਲਾਓ ਨਾ ਬੁਲਾਓ, ਮੈਂ ਗੱਲ ਸੱਚੀ ਕਰ ਦੇਣੀ। ਰੱਬੇ ਕਾਬਾ ਦੀ ਕਸਮ ਪੱਟੀ ਸਾਹਿਬ, ਪੂਰੀ ਦੁਨੀਆ ਤੇਰੇ ਭਰਾ ਬਾਹਰ ਬਹਿ ਕੇ ਸੁਣਦੇ ਨੇ, ਅਸਲ ਹੋਵੇ ਇੱਕ ਗੱਲ ਦਾ। ਅੱਛਾ, ਜੇ ਮਾਂ ਕਦੀ ਗਈ ਹੈ ਨਾ, ਪੁੱਤਰ 5,000 ਰੁਪਇਆ ਚਾਹੀਦਾ, ਮਾਂ ਗਈ ਹੈ, ਅੱਬੇ ਨੂੰ ਭੇਜਿਆ ਤੇਰਾ ਪੁੱਤਰ, ਚੱਲ ਜਾ ਤੂੰ ਲੈ ਕੇ ਆ, ਤੇ ਪੁੱਤਰ ਨੇ ਅੱਗੋਂ ਰੋਣਾ ਸ਼ੁਰੂ ਕਰ ਦਿੱਤਾ, ਅੰਮਾ ਮੈਂ ਤਾਂ ਅੱਗੇ ਮਰ ਗਿਆ, ਮੇਰੇ ਕੋਲ ਤੇ ਹੈ ਹੀ ਕੁਝ ਨਹੀਂ। ਇੱਧਰ ਸੁਣੋ,
ਤੇ ਮਾਂ ਪਤਾ ਕੀ ਆਂਦੀ ਚਲ ਪੁੱਤਰ ਅੱਲਾ ਤੇਰੇ ਨਾਲ ਚੰਗੇ ਕਰੇ ਕੁਛ ਲੜਾਈ ਤਾਂ ਨਹੀਂ ਲੈਂਦੀ ਕੋਈ ਝਿੜਕ ਤਾਂ ਨਹੀਂ ਮਾਰਦੀ ਉਹ ਫਿਰ ਵੀ ਦੁਆ ਕਰਦੀ ਹੈ ਤੇ ਜਿਹੜੇ ਮਾਂ ਪਿਓ ਕੋਲ ਪੈਸੇ ਛੁਪਾ ਕੇ ਜਿਹੜੇ ਆਖਿਆ ਨਾ ਮੇਰੇ ਹਾਲਾਤ ਚੰਗੇ ਨਹੀਂ ਮੈਂ ਮਿੰਬਰ ਤੇ ਮਸਜਿਦ ਬਹਿ ਕੇ ਰਹਿਣਾ ਸਾਰੀ ਜ਼ਿੰਦਗੀ ਉਹਨਾਂ ਦੇ ਹਾਲਾਤ ਚੰਗੇ ਹੋ ਵੀ ਨਹੀਂ ਜੇ ਸਕਦੇ ਜਿਹੜੇ ਮਾਂ ਪਿਓ ਨੂੰ ਸਤਾਉਣ ਮਾਂ ਪਿਓ ਨੂੰ ਤੰਗ ਕਰਨ ਬਾਬਾ ਬੀਵੀ ਦਾ ਆਪਣਾ ਮਕਾਮ ਹੈ ਉਹਨੂੰ ਕਹਿ ਚਾਰ ਪੰਜ ਮਹੀਨੇ ਆਏ ਨੇ ਲੜਾਈ ਨਾ ਪਵਾ ਸਾਡੇ ਚ ਮੇਰੇ ਭਰਾ ਨੇ ਛੋਟੇ ਨੇ ਮੇਰੀਆਂ ਭੈਣਾਂ ਨੇ ਮੈਂ ਕਰਨਾ ਸਾਰਾ ਉਹਨਾਂ ਦਾ ਉਹ ਜਿਹੜੇ ਅੱਲਾ ਦੀ ਕਸਮ ਭੈਣਾਂ ਭਰਾਵਾਂ ਦਾ ਪਿਆਰ ਰੱਖਦੇ ਜਿਹਨਾਂ ਅੱਲਾ ਉਹਨਾਂ ਨੂੰ ਕਮੀ ਨਹੀਂ ਜਿਉਣ ਦਿੰਦਾ ਇਹ ਮੇਰੀ ਗੱਲ ਆਪਣੇ ਦਿਲ ਤੇ ਲਿਖ ਕੇ ਲੈ ਜਾਈ ਅੱਲਾ ਕਦੀ ਉਹਨੂੰ ਘਾਟਾ ਨਹੀਂ ਜੇ ਪੈਣ ਦਿੰਦਾ ਜਿਹੜਾ ਭੈਣਾਂ ਭਰਾਵਾਂ ਦਾ ਤੇ ਮਾਂ ਪਿਓ ਦਾ ਪਿਆਰ ਰੱਖੋ ਅੱਜ 2 ਕਿਲੋ ਸੇਬ ਲੈ ਕੇ ਤੂੰ ਵੀ ਕਾਲੀ ਸ਼ਾਪਰ ਚੁਕਵਾ ਕੇ ਸਿੱਧਾ ਜੁੜੀ ਦੇ ਕਮਰੇ ਚ ਅੰਮਾ ਨੇ ਆਖਿਆ ਪੁੱਤਰ ਕੀ ਆ ਅੰਮਾ ਕੱਪੜੇ ਨੇ ਕੰਮ ਵਾਲੇ ਬਾਬਾ ਜੀ ਗੱਲਾਂ ਸੱਚੀਆਂ ਨੇ ਮੇਰੇ ਕੋਲ ਮੈਂ ਪੂਰੀ ਦੁਨੀਆ ਦੇ ਮਾਂ ਪਿਓ ਦੀ ਸ਼ਾਨ ਦਾ ਸੁਣਾਣਾ ਐਂਡ ਤੱਕ ਹਰ ਸੂਬੇ ਚ ਗਿਆ ਹਰ ਸ਼ਹਿਰ ਚ ਗਿਆ ਵਾਂ ਤੇ ਬਾਬਿਆਂ ਨੇ ਆਖਿਆ ਬਾਕੀ ਪੁੱਤਰ ਗੱਲ ਠੀਕ ਕਰਨਾ ਪਰ ਆਪੇ ਜਾ ਕੇ ਗੱਲ ਕਰਨਾ ਤੇ ਸਹੀ ਅਕਲ ਵਾਲੀ ਗੱਲ ਕਰਨਾ ਔਰ ਅਸਰ ਵੀ ਹੁੰਦਾ ਬਾਬਾ ਗੱਲ ਸੁਣਾ ਉਸ ਬੀਬੀ ਨੂੰ ਚਾਹੀਦਾ ਸੀ ਥੋੜ੍ਹਾ ਇੰਤਜ਼ਾਰ ਕਰ ਇਹਨੇ ਸਦਾ ਤੇਰੇ ਨਾਲ ਨਹੀਂ ਰਹਿਣਾ ਤੂੰ ਬੱਕਰਿਆਂ ਤੇ ਹੋ ਹੀ ਜਾਣਾ 2 ਸਾਲਾਂ ਬਾਅਦ 4 ਸਾਲਾਂ ਬਾਅਦ ਤੂੰ ਏਡਾ ਕਾਲੀ ਨਾ ਆ ਕੇ ਪਾ ਇਹ ਜਿਹੜੀਆਂ ਸਾਡੇ ਘਰ ਆ ਕੇ ਨਾ ਇੱਧਰ ਬਾਬੇ ਉਹ ਜਰਾ ਮੇਰੇ ਵੱਲ ਵੇਖਿਓ ਇਹ ਜਿਹੜੀਆਂ ਸਾਡੇ ਘਰ ਆ ਕੇ ਨਾ ਤੇ ਆਪਣੇ ਬੰਦੇ ਨੂੰ ਆਉਂਦੀਆਂ ਨਾ ਵੱਖਰਾ ਹੋਣਾ ਮੈਂ ਤਾਂ ਬੱਚਿਆਂ ਨੂੰ ਜਰਾ ਚੁੱਪ ਕਰਾਇਓ ਪੁੱਤਰ ਲੈ ਜਾਓ ਤਾਂ ਪੁੱਤਰ ਖਮੋਸ਼ ਹੋ ਜਾਓ ਇਹ ਜਿਹੜੇ ਤੁਸੀਂ ਬੈਠੇ ਤੁਸੀਂ ਵੀ ਖਮੋਸ਼ ਗੱਲ ਮੈਂ ਬੜੀ ਕਰੋੜਾਂ ਦੀ ਕਰਨਾ ਪਿਆ ਫਾਇਦਾ ਹੋਵੇ ਜਿਹੜੀਆਂ ਸਾਡੇ ਘਰ ਆ ਕੇ ਤੇ ਸਾਨੂੰ ਕੀ ਆਉਂਦੀਆਂ ਨੇ ਵੱਖਰੀਆਂ ਹੋ ਜਾਓ ਮਾਂ ਪਿਓ ਨੂੰ ਛੱਡ ਕੇ ਵੱਖਰਾ ਹੋ ਜਾਓ ਤੇਰਾ ਕੁਝ ਨਹੀਂ ਬਣਨਾ ਜੇ ਚਲੇ ਆ ਗਏ ਕੱਠ ਵਿੱਚ ਕੁਝ ਨਹੀਂ ਬਣਦਾ ਇਹ ਜਦੋਂ ਸਾਡੀਆਂ ਬੀਵੀਆਂ ਤੁਹਾਡੀਆਂ ਬੀਵੀਆਂ ਜਦੋਂ ਆਪਣੇ ਮਾਂ ਪਿਓ ਦੇ ਘਰ ਜਾਂਦੀਆਂ ਨੇ ਤੇ ਭਰਾਵਾਂ ਨੂੰ ਜਾ ਕੇ ਬਿਠਾ ਕੇ ਪਤਾ ਕੀ ਆਉਂਦੇ ਵੱਖਰਿਆਂ ਨਾਲ ਹੋਇਆ ਮੈਂ ਕੋਈ ਝੁੱਟ ਨਹੀਂ ਬੋਲਦਾ ਪਿਆ ਜਦੋਂ ਆਪਣੇ ਘਰ ਜਾਣਾ ਆਪਣੇ ਮਾਂ ਪਿਓ ਦੇ ਤੇ ਭਰਾਵਾਂ ਨੂੰ ਬਿਠਾ ਕੇ ਆਉਂਦੀਆਂ ਨੇ ਵੱਖਰਿਆਂ ਨਾਲ ਹੋਏ ਪਿਓ ਮਰ ਜਾਏਗਾ ਜੀ ਮਾਂ ਮਰ ਜਾਏਗੀ ਜੇ ਮਾਂ ਪਿਓ ਦਾ ਖਿਆਲ ਰੱਖਿਆ ਕਰ ਉਹ ਮੈਂ ਉਹਨਾਂ ਬੁੜੀਆਂ ਨੂੰ ਪੈਗਾਮ ਦੇਣਾ ਚਾਹੁੰਦਾ ਵੀ ਇਹ ਦੋਗਲਾ ਪੁਲਿਸੀ ਕਿਉਂ ਹੋਏ ਅਗਰ ਤੂੰ ਆਪਣੇ ਘਰ ਜਾਵੇਂ ਤੇ ਆਪਣੇ ਭਰਾਵਾਂ ਨੂੰ ਇਕੱਠਿਆਂ ਰਹਿਣ ਦਾ ਦਰਸ ਦੇਵੇਂ ਤੇ ਜਦੋਂ ਆਹਮਦ ਘਰ ਆਵੇਂ ਤੇ ਫਿਰ ਆਂਦੇ ਵੱਖਰੀਆਂ ਵੱਖਰੀਆਂ ਨਾ ਬਾਬਾ ਮੀਆਂ ਮੁਹੰਮਦ ਬਖਸ਼ ਰਹਿਮਤੁੱਲਾ ਅਲੈਹ ਰੂਮੀਏ ਕਸ਼ਮੀਰ ਤਰਪੇ ਨੇ ਮੀਆਂ ਸਾਹਿਬ ਫਰਮਾਉਂਦੇ ਨੇ ਦੁਖੀ ਨੇ ਦੀ ਗੱਲ ਸੋਹਣੇ ਕਰਮ ਕਮਾਵੀ
सचिन